ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਭਾਈ ਜਿਹੜੇ ਮੁਲਾਜ਼ਮ ਆਏ ਨੇ ਥਾਣੇ ਦੇ ਵਿੱਚੋਂ, ਇਹਨਾਂ ਨੇ ਦਾਰੂ ਪੀਤੀ ਪਈ ਹੈ, ਇਹ ਡਾਕਟਰਾਂ ਦੀ ਗੱਲ ਮੰਨ ਕੇ ਸਾਡਾ ਬੱਚਾ ਉਰੋਂ ਕੱਢਿਆ ਗਿਆ, ਬੱਚਾ ਬਿਲਕੁਲ ਠੀਕ ਨਹੀਂ ਹੈਗਾ ਸਾਡਾ। ਜੇ ਕੱਲ ਨੂੰ ਸਾਡੇ ਬੱਚੇ ਨੂੰ ਮੈਡਮ ਨੇ, ਨਰਸ ਨੇ ਆਪਣੇ ਮੂੰਹੋਂ ਕਿਹਾ ਸਾਨੂੰ ਟੀਕਾ ਨਹੀਂ ਲਾਉਣਾ, ਡਾਕਟਰ ਦੇ ਕਹੇ ਤੇ ਅਸੀਂ ਟੀਕਾ ਲਾਇਆ, ਟੀਕਾ ਲਗਾਉਂਦੇ ਸਾਰ ਮੂੰਹ ਦੇ ਵਿੱਚੋਂ ਖੂਨ ਆਇਆ ਬੱਚੇ ਦੇ, ਖੂਨ ਆਉਂਦੇ ਸਾਰ ਬੱਚੇ ਨੂੰ ਦੌਰਾ ਪੈ ਗਿਆ, ਨਾਲ ਦੀ ਨਾਲ ਬੱਚਾ ਹੁਣ ਹੋਸ਼ 'ਚ ਨਹੀਂ ਹੈਗਾ। ਇੱਕ ਸਾਲ ਦਾ ਬੱਚਾ ਜੀ, ਭਾਈ ਜਿਹੜੇ ਮੁਲਾਜ਼ਮ ਆਏ ਨੇ ਥਾਣੇ ਦੇ ਵਿੱਚੋਂ, ਇਹਨਾਂ ਨੇ ਦਾਰੂ ਪੀਤੀ ਪਈ ਹੈ, ਇਹ ਡਾਕਟਰਾਂ ਦੀ ਗੱਲ ਮੰਨ ਕੇ ਸਾਡਾ ਬੱਚਾ ਉਰੋਂ ਕੱਢਿਆ ਗਿਆ, ਬੱਚਾ ਬਿਲਕੁਲ ਠੀਕ ਨਹੀਂ ਹੈਗਾ ਸਾਡਾ। ਜੇ ਕੱਲ ਨੂੰ ਸਾਡੇ ਬੱਚੇ ਨੂੰ ਮੈਡਮ ਨੇ, ਨਰਸ ਨੇ ਆਪਣੇ ਮੂੰਹੋਂ ਕਿਹਾ ਸਾਨੂੰ ਟੀਕਾ ਨਹੀਂ ਲਾਉਣਾ, ਡਾਕਟਰ ਦੇ ਕਹੇ ਤੇ ਅਸੀਂ ਟੀਕਾ ਲਾਇਆ, ਟੀਕਾ ਲਗਾਉਂਦੇ ਸਾਰ ਮੂੰਹ ਦੇ ਵਿੱਚੋਂ ਖੂਨ ਆਇਆ ਬੱਚੇ ਦੇ, ਖੂਨ ਆਉਂਦੇ ਸਾਰ ਬੱਚੇ ਨੂੰ ਦੌਰਾ ਪੈ ਗਿਆ, ਨਾਲ ਦੀ ਨਾਲ ਬੱਚਾ ਹੁਣ ਹੋਸ਼ 'ਚ ਨਹੀਂ ਹੈਗਾ। ਇੱਕ ਸਾਲ ਦਾ ਬੱਚਾ ਜੀ, ਹਾਂਜੀ, ਬਸ ਬੁਖਾਰ ਜਿਹਾ ਸੀ, ਬੁਖਾਰ ਕਰਕੇ ਐਗਮੈਂਟ ਹੋਇਆ ਸੀ, ਅੱਜ ਦੋ ਦਿਨ ਹੋ ਗਏ ਸਰ ਅਸੀਂ ਕਹਿ ਰਹੇ ਹਾਂ ਸਾਨੂੰ ਛੁੱਟੀ ਦੇ ਦਿਓ, ਛੁੱਟੀ ਨਹੀਂ ਇਹਨਾਂ ਨੇ ਦਿੱਤੀ ਸਾਨੂੰ, ਇਹਨਾਂ ਨੇ ਬਿਲਕੁਲ ਛੁੱਟੀ ਨਹੀਂ ਦਿੱਤੀ। ਅੱਜ ਇਹਨਾਂ ਨੇ ਹੁਣ ਅੱਧਾ ਘੰਟਾ ਪਹਿਲਾਂ ਇਹਨਾਂ ਟੀਕਾ ਲਗਾਇਆ, ਨਾਲ ਦੀ ਨਾਲ ਮੁੰਡੇ ਦੇ ਮੂੰਹ 'ਚੋਂ ਖੂਨ ਆ ਗਿਆ, ਖੂਨ ਆਉਂਦੇ ਸਾਰ ਟੀਕਾ ਅੰਦਰ ਗਿਆ, ਨਾਲ ਦੀ ਨਾਲ ਖੂਨ ਆਇਆ, ਨਾਲ ਹੀ ਮੁੰਡੇ ਨੂੰ ਦੌਰਾ ਪੈ ਗਿਆ ਸਾਡੇ ਨੂੰ। ਕਿਹਦੀ ਗਲਤੀ ਮੰਨ ਦਿਓ? ਡਾਕਟਰ ਦੀ, ਸਾਰੀ ਗਲਤੀ ਡਾਕਟਰ ਦੀ ਹੈ, ਜਿਹੜੀਆਂ ਨਰਸਾਂ ਇਹਨਾਂ ਨੇ ਰੱਖੀਆਂ ਜੀ, ਜਿਹੜੀਆਂ ਸਾਰੀਆਂ ਨਰਸਾਂ ਇਹਨਾਂ ਨੇ ਰੱਖੀਆਂ ਜੀ, ਉਹਨਾਂ ਨੂੰ ਕਿਸੇ ਨੂੰ ਟੀਕਾ ਨਹੀਂ ਲਗਾਉਣਾ ਆਉਂਦਾ, ਉਹਨਾਂ ਨੇ ਆਪਣੇ ਮੂੰਹ ਹੋ ਕੇ ਆ, ਉੱਤੋਂ ਡਿਊਟੀ ਅਫਸਰ ਜਿਹੜੇ ਥਾਣੇ ਦੇ ਵਿੱਚੋਂ ਆਏ ਉਹ ਵੀ ਡਾਕਟਰਾਂ ਦੀ ਗੱਲ ਮੰਨ ਕੇ ਸਾਡੇ ਬੱਚੇ ਨੂੰ ਕੱਢ ਗਏ ਜੀ। ਜਿਹੜੇ ਨਰਸ ਸੀਗੇ ਉਹ ਸਟੂਡੈਂਟ ਸੀਗੇ, ਨਰਸ ਨਹੀਂ ਆਈ, ਸਟੂਡੈਂਟ ਆਈ, ਨਰਸ ਕੋਈ ਨਹੀਂ ਹੈਗੀ, ਸਟੂਡੈਂਟ ਹੈ ਸਾਰੀ। ਕੋਈ ਸੀਨੀਅਰ ਡਾਕਟਰ ਕੋਈ ਨਹੀਂ? ਸੀਨੀਅਰ ਡਾਕਟਰ ਕੋਈ ਨਹੀਂ ਸੀ ਜੀ, ਹੁਣ ਸੀਨੀਅਰ ਡਾਕਟਰ ਆਇਆ ਜਦੋਂ ਇਹਨਾਂ ਨੇ ਰੈਫਰ ਕੀਤਾ, ਸੀਨੀਅਰ ਡਾਕਟਰ ਕੋਈ ਨਹੀਂ, ਸਾਡੇ ਦੋ ਤਿੰਨ ਦਿਨ ਹੋ ਗਏ ਸਾਡੀ ਕੋਈ ਹੈਲਪ ਨਹੀਂ ਹੋ ਰਹੀ। ਕਿੱਦਾਂ ਕਾਰਵਾਈ ਜਾਂਦੀ ਸੀ ਸਾਡੇ ਸਾਰੇ ਡਾਕਟਰਾਂ ਦੇ ਤੇ ਮੁਲਾਜ਼ਮ ਦੇ? ਕਾਰਵਾਈ ਹੋਣੀ ਚਾਹੀਦੀ ਹੈ ਸਰ, ਸਾਡਾ ਬੱਚਾ ਬਚਣਾ ਚਾਹੀਦਾ, ਸਾਨੂੰ ਕੁਝ ਨਹੀਂ ਚਾਹੀਦਾ ਬਸ। ਜਨਾਬ ਸਾਨੂੰ ਸਕਿਉਰਿਟੀ ਗਾਰਡ ਡੰਡੇ ਮਾਰ ਰਿਹਾ, ਉੱਤੋਂ ਡਿਊਟੀ ਅਫਸਰ ਆਏ ਨੇ ਪੁਲਿਸ ਥਾਣੇ ਦੇ, ਸਾਡੇ ਬੱਚੇ ਨੂੰ ਇਹਨਾਂ ਨੇ ਟੀਕਾ ਲਾਇਆ 15 ਮਿੰਟ ਪਹਿਲਾਂ, ਸਾਡਾ ਬੱਚਾ ਹੁਣ ਹੋਸ਼ੋ ਵਾਸ਼ 'ਚ ਨਹੀਂ ਹੈਗਾ, ਮੂੰਹ 'ਚੋਂ ਖੂਨ ਆਉਣ ਲੱਗ ਗਿਆ। ਸਕਿਉਰਿਟੀ ਇਹ ਪੁਲਿਸ ਖੜੀ ਹੈ, ਇਹਨਾਂ ਦਾ ਬੰਦਾ ਪਤਾ ਕੀ ਕਹਿ ਕੇ ਗਿਆ, ਕਹਿੰਦਾ ਭੈਣ 'ਚੋਂ ਮੁੰਡਾ ਠੀਕ ਹੈ, ਇੰਨੀ ਗੱਲ ਕੱਟ ਕੇ ਗਿਆ ਹੁਣ ਮੇਰੇ ਸਾਹਮਣੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢੇ ਜਾ ਰਿਹਾ, ਕਹਿੰਦਾ ਮੈਨੂੰ ਮੁੰਡਾ ਠੀਕ ਹੈ, ਇਹਨਾਂ ਦਾ ਕਹਿੰਦਾ ਭੈਣ 'ਚੋਂ, ਕਹਿੰਦਾ ਜਾਣ ਕੇ ਰੌਲਾ ਪਾ ਰਹੇ ਨੇ। ਭਾਜੀ ਮੇਰਾ ਬੱਚਾ ਦੇਖਿਆ ਤੁਸੀਂ ਵੀਡੀਓ, ਮੇਰੇ ਹੱਥ ਜੋੜ ਕੇ ਬੇਨਤੀ ਹੈ ਵੀਰੇ, ਇਹਨਾਂ ਦੇ ਘੱਟ ਤੋਂ ਘੱਟ ਜ਼ਿਆਦਾ ਤੋਂ ਜ਼ਿਆਦਾ ਖਿਲਾਫ ਕੀਤਾ ਜਾਵੇ, ਇਹਨਾਂ ਨੇ ਬਹੁਤ ਕੀਤਾ ਮੇਰੇ ਨਾਲ ਗਲਤ। ਭਾਜੀ ਦੇਖੋ ਹੁਣ ਇਹਨਾਂ ਦਾ ਬੰਦਾ ਨਿਕਲ ਗਿਆ, ਲਓ ਬੁਲਾ ਕੇ ਲਿਆਓ ਵੀਰੇ ਬੱਚਾ, ਕਹਿ ਰਿਹਾ ਸਾਡਾ ਬੱਚਾ ਰੈਫਰ ਕਰ ਦਿਓ ਜੇ ਤੱਕ ਤੋਂ ਨਹੀਂ ਸਹੀ ਹੋ ਰਿਹਾ, ਦੋ ਦਿਨ ਹੋ ਗਏ ਸਾਨੂੰ ਛੁੱਟੀ ਨਹੀਂ ਦਿੱਤੀ, ਹੁਣ ਮੈਡਮ ਨੇ 15 ਮਿੰਟ ਪਹਿਲਾਂ ਟੀਕਾ ਲਾਇਆ, ਨਾਲ ਦੀ ਨਾਲ ਬੱਚਾ ਮੂੰਹ 'ਚੋਂ ਖੂਨ ਕੱਢਣ ਲੱਗ ਗਿਆ, ਠੀਕ ਹੈ ਜੀ, ਉੱਤੋਂ ਸਾਡੇ ਬੱਚੇ ਦੀ ਕੋਈ ਕੇਅਰ ਨਹੀਂ ਹੋ ਰਹੀ, ਇਹ ਕਹਿੰਦੇ ਉਰੋਂ ਲੈ ਜਾਓ, ਸਾਨੂੰ ਸਕਿਉਰਿਟੀ ਗਾਰਡ ਵੀ ਬਾਹਰ ਧੱਕੇ ਮਾਰ ਕੇ ਕੱਢ ਰਿਹਾ, ਉੱਤੋਂ ਪੁਲਿਸ ਵਾਲੇ ਆਏ ਨੇ, ਸਾਡੀ ਕੋਈ ਹੈਲਪ ਨਹੀਂ ਹੋ ਰਹੀ ਉਰੇ। ਕਿਹੜਾ ਹਸਪਤਾਲ ਹੈ? ਇਹ ਕੁਸ਼ਲਿਆ ਹਸਪਤਾਲ ਹੈ ਜੀ। ਕਿਹੜੀ ਜਗ੍ਹਾ? ਆਪਣਾ ਪਟਿਆਲਾ ਜੀ, ਮਾਤਾ ਕੁਸ਼ਲਿਆ। ਹਾਂਜੀ, ਮਾਤਾ ਕੁਸ਼ਲਿਆ ਹਸਪਤਾਲ ਹੈ ਸਰ, ਸਾਡਾ ਕੋਈ ਹੈਲਪ ਨਹੀਂ ਸਾਡੀ ਹੋ ਰਹੀ, ਇੱਕ ਤਾਂ ਸਾਡੇ ਬੱਚੇ ਕਿਉਂ ਆਏ ਸੀ, ਕੀ ਹੋਇਆ ਸੀ ਸਰ? 15 ਮਿੰਟ ਪਹਿਲਾਂ ਬੱਚਾ ਬਿਲਕੁਲ ਠੀਕ ਸੀ, ਠੀਕ ਹੈ ਜੀ, ਅਸੀਂ 2 ਦਿਨ ਸਮਾਂ ਦਾ ਕਹਿ ਕੇ 20 mm ਲਾਇਆ ਗਿਆ, 10 mm ਦਾ ਟੀਕਾ ਕਹਿ ਕੇ 20 mm ਦਾ ਟੀਕਾ ਇੱਕ ਤਾਂ ਲਾਇਆ ਇਹਨਾਂ ਨੇ, ਹੁਣ ਤੁਸੀਂ ਆਪ ਦੇਖੋ ਜੀ, ਹੁਣ ਤੁਸੀਂ ਆਪ ਪਬਲਿਕ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਕੀਤਾ ਜਾਵੇ ਕੁਝ ਇਹਨਾਂ ਦੇ ਖਿਲਾਫ ਜ਼ਿਆਦਾ ਤੋਂ ਜ਼ਿਆਦਾ। ਕੀ ਮਾਮਲਾ ਜੀ, ਕੀ ਕੰਪਲੇਂਟ ਸੀ, ਕਿਉਂ ਆਏ ਹੋ? ਇਹ ਬੱਚਾ ਦਾਖਲ ਸੀ ਜੀ, ਮਤਲਬ ਹੁਣ ਰੈਫਰ ਕਰਿਆ ਇੱਥੇ, ਬਿਮਾਰ ਚੱਲ ਰਿਹਾ ਸੀ ਕਹਿੰਦੇ, ਬਿਲਕੁਲ ਸ਼ਾਮ ਨੂੰ ਬੱਚਾ ਬਿਲਕੁਲ ਠੀਕ ਸੀ ਸਰ ਜੀ, ਕੋਈ ਬੱਚਾ ਬਿਮਾਰ ਨਹੀਂ ਹੈ, ਮੈਡਮ ਨੇ ਗਲਤ ਬੱਚਾ ਥੋੜਾ ਹਾਂਜੀ ਬਿਮਾਰ ਜ਼ਿਆਦਾ ਹੈ, ਦੱਸੋ ਰੋ ਰਿਹਾ ਬੱਚਾ, ਠੀਕ ਹੈ, ਉਹਨੂੰ ਰੈਫਰ ਕਰਿਆ, ਚੰਗੀ ਚੀਜ਼ ਹੈ ਰੈਫਰ ਕਰਿਆ, ਤੁਸੀਂ ਤਕਰਾਰ ਹੋ ਗਿਆ। ਕੰਪਲੇਂਟ ਕੀ ਸੀ ਇਹਨਾਂ ਦੀ? ਕੰਪਲੇਂਟ ਕੀ ਤੇਰੇ ਦੀ? ਸਾਡੀ ਕੰਪਲੇਂਟ ਸੀ ਬੱਚੇ ਨੂੰ, ਕੰਪਲੇਂਟ ਤਾਂ ਇਹ ਸੀ, ਤੁਸੀਂ ਇਹ ਲੈ ਜਾਣ ਨਹੀਂ ਦੇ ਰਹੇ ਸੀ, ਚੰਡੀਗੜ੍ਹ ਲੈ ਜਾਣ ਦੇ ਸੀ, ਸਾਡੀ ਅਸੀਂ ਕੋਈ ਚੀਜ਼ ਕਹਿੰਦੇ ਰੈਫਰ ਨਹੀਂ ਕਰਿਆ, ਇੱਥੇ ਕਹਿੰਦੇ ਗਲਤ ਟੀਕਾ ਲਗਾਇਆ ਕੋਈ, ਸਾਨੂੰ ਜ਼ਬਰਦਸਤੀ ਚੰਡੀਗੜ੍ਹ ਭੇਜਿਆ ਗਿਆ ਜੀ, ਅਸੀਂ ਵੇਟ ਕਰ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ, ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ, ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ, 81 466 7700 9।